ਬਹੁਤ ਦੂਰ ਛੱਡ ਆਏ ਹਾਂ ਅਸੀਂ ਆਦ ਸੱਚ ਜੁਗਾਦ ਸੱਚ ਦੇ ਅਰਥਾਂ ਨੂੰ। ਹੁਣ ਦਾ ਸੱਚ ਤਾਂ ਇੱਕ ਪਲ ਵਿੱਚ ਕਈ ਜੂਨਾਂ ਹੰਡਾਉਂਦਾ। ਬੇਗਾਨੀ ਪੀੜ ਦੇ ਰੂਬਰੂ ਹੁੰਦਿਆਂ ਕੌਸਮੈਟਿਕੀ ਅਥਰੂ ਵਹਾ ਕੇ ਸੁਰਖਰੂ ਹੋਈਏ, ਸਾਡੇ ਹਾਸੇ ਹੀ ਨਹੀਂ ਹੋਕੇ ਵੀ ਉੱਤਰ ਆਧੁਨਿਕ ਹੋ ਗਏ। ਬਾਜ਼ਾਰ ਵਿੱਚ ਨਹੀਂ ਚੱਲਦਾ ਹੁਣ ਵਿਸ਼ਵਾਸ ਦਾ ਖਰਾ ਸਿੱਕਾ, ਚਕਾ ਚੌਂਦ ਖੋ ਰਹੀ ਰੰਗਾਂ ਦੀ ਮੌਲਿਕਤਾ, ਹੱਟੀਆਂ ਤੋਂ ਸੁੱਖਾਂ ਦੀ ਪਰਿਭਾਸ਼ਾ ਖਰੀਦਦੇ ਖਰੀਦਦੇ ਖੁਦ ਨੂੰ ਵੇਚ ਆਉਂਦੇ। ਵਸਤੂ ਖਰੀਦਦਿਆਂ ਖੁਦ ਵਸਤ ਹੋ ਗਏ ਹਾਂ ਅਸੀਂ, ਬਚਾ ਨਾ ਸਕੇ ਆਪਣਾ ਅਸਲੀ ਚਿਹਰਾ ਆਰਜ਼ੀ ਮਲੰਮਿਆਂ ਤੋਂ। ਲੋੜ ਦੀ ਸੀਮਾ ਹੁੰਦੀ ਗਰਜ਼ਾਂ ਦੀ ਨਹੀਂ, ਅਸੀਂ ਗਰਜ਼ਾਂ ਨੂੰ ਦੀ ਗਜ਼ਲ 'ਚ ਫਸ ਕੇ ਲੋੜਾਂ ਹੀ ਭੁਲਾ ਬੈਠੇ। ਖੰਡ ਲਪੇਟੀ ਜ਼ਹਿਰ ਸਾਨੂੰ ਇੰਨੀ ਮਿੱਠੀ ਲੱਗਦੀ ਕਿ ਡੋਲ ਦਈਏ ਸ਼ਹਿਦ ਦੇ ਭਰੇ ਘੜੇ ਵੀ, ਕੁਰਾਹੇ ਪਏ ਪੈਰਾਂ ਦੀ ਮੈਲ ਹੀ ਚੱਟੀ ਜਾਈਏ ਚਰਨਾਮਤ ਜਾਣ ਕੇ। ਅਜਿਹੇ ਵੇਲੇ ਵੀ ਵੇਖਣੇ ਸੀ ਅਸੀਂ ਜਦੋਂ ਦਰਿਆ ਵਗਣ ਬਾਜ਼ਾਰ ਨੂੰ ਪੁੱਛ ਕੇ, ਜਦੋਂ ਫਲ ਪੱਕਣ ਕੀਮਤਾਂ ਦਾ ਉਤਰਾਅ ਚੜਾਅ ਵੇਖ ਕੇ, ਨਦੀਆਂ ਪੀ ਕੇ ਵੀ ਸਾਡੀ ਪਿਆਸ ਨਹੀਂ ਬੁਝੀ, ਜੰਗਲ ਢਕਾਰ ਕੇ ਵੀ ਸਾਡੀ ਭੁੱਖ ਨਹੀਂ ਮਿੱਟੀ। ਹੁਣ ਤਾਂ ਡਰ ਹੈ ਕਿਤੇ ਫੁੱਲ ਵੀ ਮੁਨਕਰ ਨਾ ਹੋ ਜਾਣ ਸੁਗੰਧੀਆਂ ਵੰਡਣ ਤੋਂ। ਉਹ ਯੁੱਗ ਹੋਰ ਸੀ ਜਦੋਂ ਦੁਆਵਾਂ ਨਾਲ ਪਰਾਏ ਵੀ ਆਪਣੇ, ਪਰ ਹੋਰ ਨੇ ਕਿ ਅਦਾਵਾਂ ਵੀ ਕਾਰਗਰ ਨਹੀਂ। ਕੌਣ ਰੱਖਦਾ ਮੁਤਲੀਆਂ ਅਤੇ ਬਲੌਰੀ ਆਦਿ ਦੇ ਸ਼ੀਸ਼ੇ, ਬਨੇਰਿਆਂ ਅਤੇ ਬੱਤੀਆਂ ਕੌਣ ਬਾਲਦਾ? ਹੁਣ ਤਾਂ ਬਸ ਬੋਲਣ ਲਈ ਮਿਲਦੇ ਹਾਂ, ਖਾਮੋਸ਼ ਹੋ ਜਾਂਦੇ ਹਾਂ। ਹੁਣ ਅਸੀਂ ਲਿਫਾਫਿਆਂ ਨੂੰ ਬੂੰਦ ਨਹੀਂ ਲਾਉਂਦੇ, ਅੰਦਰ ਕੋਈ ਅਹਿਸਾਸ ਹੋਵੇ ਤਾਂ ਬੰਦ ਕਰੀਏ। ਸੁੰਦਰਾਂ ਦੇ ਚੇਤਿਆਂ 'ਚੋਂ ਵਿਸਰ ਗਈਆਂ ਮੰਦਰਾਂ, ਤੁਰ ਗਏ ਜੋਗੀ ਦੀ ਕੋਈ ਉਡੀਕ ਨਹੀਂ, ਪੰਛੀ ਦੇ ਉੱਡਣ 'ਤੇ ਕੰਬਦੀ ਨਹੀਂ ਟਹਿਣੀ, ਕੰਧਾਂ ਦੇ ਡੋਲਣ 'ਤੇ ਬੂਹੇ ਉਦਾਸ ਨਹੀਂ ਹੁੰਦੇ। ਅਸੀਂ ਤਾਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਦੌੜਦੇ, ਜੇਬਾਂ 'ਚ ਪੈਰ ਲਕੋ ਕੇ ਚੱਲਦੇ, ਜੀਵ ਨੂੰ ਲਾਕਰਾਂ 'ਚ ਰੱਖ ਕੇ ਬੋਲਦੇ, ਖਿਆਲ ਨੂੰ ਸਿਰਾਂ 'ਚ ਦਫਨਾ ਕੇ ਸੋਚਦੇ। ਅਸੀਂ ਰਵਾਇਤਾਂ ਦੀ ਗੁਲਾਮੀ ਦੇ ਜਸ਼ਨ ਖੰਭਾਂ ਨੂੰ ਗਹਿਣੇ ਧਰ ਕੇ ਉੱਡਦੇ, ਤਿਲ ਤਿਲ ਮਨ ਨੂੰ ਜ਼ਿੰਦਗੀ ਆਖਦੀ। ਸਾਡੇ ਕੋਲ ਕਿੱਥੇ ਹੈ ਸਮਾਂ ਇਤਿਹਾਸ ਬਣਦਾ, ਇੰਨੀ ਵੀ ਵਿਹਲ ਨਹੀਂ, ਇੰਨੀ ਵੀ ਵਿਹਲ ਨਹੀਂ ਕਿ ਸਰਬੱਤ ਦੇ ਭਲੇ ਲਈ ਅਰਦਾਸ ਹੀ ਕਰੀਏ। ਸਾਡੇ ਕੋਲ ਤਾਂ ਬਸ ਆਪਣੀ ਹੀ ਫਿਕਰ ਨੇ, ਭਮਤਰੀ ਕਹੀ ਚੁੱਪ ਹੈ, ਸਦੀਆਂ ਦੀ ਕੰਡ ਪਿੰਡੇ 'ਤੇ ਹੰਢਾ ਰਹੇ ਹਾਂ, ਸਤਜੁਗੀ ਮਾਤਾ ਇਤਿਹਾਸ ਕੋਲ ਛੱਡ ਆਏ ਹਾਂ। ਰੰਗ ਬਿਰੰਗੀਆਂ ਤਿਤਲੀਆਂ ਦੀ ਕਬਰ ਹੈ ਸਾਡੇ ਅੰਦਰ, ਸੱਜਰੇ ਫੁੱਲ ਕੰਬ ਰਹੇ ਨੇ ਸਾਡੇ ਹੱਥਾਂ ਵਿੱਚ, ਕਿਵੇਂ ਢੱਲੀਏ ਸਿਜਦੇ ਵਿੱਚ ਝੁਕਣ ਦਾ ਦਰਦ। ਨਾ ਕੋਈ ਤੇਜ ਦੀ ਸੀਮਾ ਹੈ, ਨਾ ਕੋਈ ਭੁੱਖ ਦਾ ਕਿਨਾਰਾ, ਨਾ ਕੋਈ ਹਵਸ ਦਾ ਸਿਰਾ ਹੈ, ਨਾ ਕੋਈ ਲਾਲਸਾ ਦੀ ਹੱਦ। ਬਾਬਾ ਜੀ, ਬਹੁਤ ਦੂਰ ਛੱਡ ਆਇਆ ਅਸੀਂ ਆਦ ਸੱਚ ਜੁਗਾਦ ਸੱਚ ਦੇ ਅਰਥਾਂ ਨੂੰ। ਹੁਣ ਦਾ ਸੱਚ ਤਾਂ ਇੱਕ ਪਲ ਵਿੱਚ ਕਈ ਜੂਨਾਂ ਹਨ।